ਸਤਿ ਸ਼੍ਰੀ ਅਕਾਲ ਕੇਮ ਸ਼ੋ ਕਸਕਾਈ, ਕਿਵੇਂ ਹੋ ਸਾਰੇ? ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਡੇ ਟੂ ਵਲੋਗ ਸ਼ੁਰੂ ਹੋ ਚੁੱਕਿਆ ਹੈ। ਅਸੀਂ ਹੁਣੇ ਹੁਣੇ ਉੱਠੇ ਹਾਂ, ਮਤਲਬ ਉੱਠੇ ਦਾ ਥੋੜ੍ਹਾ ਟਾਈਮ ਹੋ ਗਿਆ ਸਾਨੂੰ, 5-4 ਮਿੰਟ ਹੋ ਗਏ ਉੱਠੇ ਨੂੰ। ਆਹ ਸਾਡਾ ਉੱਠ ਨਹੀਂ ਰਿਹਾ ਤੜਕੇ ਨੂੰ। 3 ਵਜੇ ਉੱਠ ਕੇ ਕਹਿੰਦਾ ਕਹਿ ਰਿਹਾ ਮੇਰਾ ਸਿਰ ਦੁਖਦਾ, ਮੈਨੂੰ ਗੋਲੀ ਦੇ ਦਿਉ। ਸਾਡੇ ਤੁਹਾਨੂੰ ਤਾਂ ਦੂਸਰੀ ਬੰਦੂਕ ਵਾਲੀ ਗੋਲੀ ਦੇਣੀ ਸੀਗੀ, ਤਾਂ ਦੇਈ ਸਾਡੇ ਨੂੰ ਹਰੇ ਪੰਨੇ ਵਾਲੀ ਦੇ ਦੀ। ਕਿਹੜੀ ਦੇਈ? ਹਰੇ ਪੰਨੇ ਵਾਲੀ, ਹਰੇ ਪੰਨੇ ਵਾਲੀ ਦੀ ਹੈ। ਸਾਰੀ ਕੀ ਆ, ਚਲੋ ਗੁੱਡ ਮਾਰਨਿੰਗ ਹੋ ਗਈ ਹੈ ਯਾਰ। ਬਹੁਤ ਜ਼ੋਰ ਪੈ ਰਿਹਾ ਨੀਚਾ, ਬਲੈਡਰ ਪਟਨੇ ਵਾਲਾ ਹੋ ਰਿਹਾ। ਖੇਤਾਂ ਵਾ ਚਲੋ ਜਲਦੀ, ਉਹਦਾ ਤਾਂ ਹੈ ਹੀ ਖੇਤ ਹੈ, ਖੇਤ ਖੁੱਲੇ ਮੈਂ ਜਾਣਾ ਪੜੇਗਾ। ਹਾਂ ਚਲੋ ਫਿਰ, ਠਾਲੀ ਸੁਣੋ ਜਲਦੀ, ਮੈਂ ਉੱਠਾ ਪਹਿਲਾਂ, ਮੈਨੂੰ ਕੋਟ ਪਾਉਣ ਦੇ ਪਹਿਲਾਂ ਆਪਣਾ। ਗੰਨੇ ਵਾਲਾ ਦਰਵਾਜ਼ਾ ਖੇਤ ਹੈ, ਜਲਦੀ ਠਾਲੀ ਸੁਣੋ। ਰਜਾਈ ਚੱਕ, ਕਿਸ ਕੀ ਚੱਕ, ਰਜਾਈ ਚੱਕ, ਖਿੱਚ ਉਹ, ਉੱਠ ਜਲਦੀ, ਬਲੋਗ ਬਲੋਗ ਇੱਦਾਂ ਹੀ ਹੁੰਦਾ ਬਾਈ, ਉੱਠ ਜਲਦੀ, ਚੱਲ ਚੱਲ ਬਾਹਰ ਜਾਣਾ ਆਪਾਂ, ਚੱਲ ਉੱਠ ਜਾ ਯਾਰ ਮੇਜਰ, ਉੱਠ ਜਾ ਯਾਰ, ਟਾਈਮ ਹੋ ਰਿਹਾ ਯਾਰ ਬਹੁਤ, ਨੀਚੇ ਬਹੁਤ ਜ਼ੋਰ ਪਿਆ ਵਾ ਛੇਤੀ। ਚਲੋ ਉਹ ਬੂਟ ਪਾਣੇ ਪਊਗੇ ਆਪਾਂ ਨੂੰ, ਬੈਲੀ ਪਾ ਲਵਾਂ, ਅਲ ਫੜੀ ਯਾਰ ਮਾੜਾ ਜਿਹਾ ਕੈਮਰਾ ਫੜੀ, ਤੂੰ ਬਾਤ ਕਰ ਰਿਹਾ ਆਪਣੇ ਫੈਨਸ ਨਾਲ। ਅੱਛਾ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਹਾਂ ਵੀ ਮੇਜਰ, ਚੱਪਲਾਂ ਨੀਲੀ ਚੱਪਲਾਂ ਵਾ, ਤੂੰ ਨੀਲੀ ਨੀਲੀ, ਤੇਰਾ ਨੀ ਹੈ ਫਿਰ ਜ਼ੋਰ, ਜਾ ਤੂੰ ਹੋਇਆ ਖਾਲੀ। ਚੱਲ ਫਿਰ ਆਪਾਂ ਚੱਲਦੇ ਹਾਂ, ਕਿਉਂ ਚੱਲਦੇ ਹਾਂ, ਬਾਹਰ ਬਹੁਤ ਠੰਡ ਹੈ, ਚਲਾਂ ਯਾਰ ਦੇਖੀਏ, ਲੈ ਕੇ ਚੱਲਦੇ ਹਾਂ, ਬਹੁਤ ਠੰਡ ਹੈ ਬਾਹਰ ਯਾਰ। ਚਲੋ ਮਿਲਦੇ ਹਾਂ ਬਾਹਰ, ਮਿਲਦੇ ਹਾਂ ਤੁਹਾਨੂੰ ਜੀ। ਮੈਂ ਤਾਂ ਹੁਣੀ ਨਿਕਲਿਆ ਅੰਦਰ, ਟਾਈਮ ਦੱਸੀ ਕਿੰਨਾ ਹੋਇਆ ਪਿੰਦਰ, ਹੁਣ ਨਹੀਂ ਲੈ ਕੇ ਆਇਆ ਯਾਰ, ਟਾਈਮ ਮੇਰੇ ਖਿਆਲ 'ਤੇ 10-10:30 ਹੋ ਗਏ ਹੋਣੇ, ਹੈ ਨਾ। ਮੈਂ ਤਾਂ ਬਾਹਰ, ਮੈਂ ਸੋਚੀ ਬੈਠਾ ਸੀ ਕਿ ਬਾਹਰ ਧੁੰਦ ਹੈ, ਇਹ ਹੋਊਗਾ ਵੋ ਹੋਊਗਾ, ਇੱਥੇ ਤਾਂ ਧੁੱਪਾਂ ਹੀ ਬਹੁਤ ਖਿੜੀਆਂ ਨੇ, ਧੁੱਪਾਂ ਹੀ ਬਹੁਤ ਆਈਆਂ ਹੋਈਆਂ ਨੇ, ਨਾ ਆਏ ਨਹੀਂ, ਧੋਏ ਨਹੀਂ। ਪਹਿਲਾਂ ਜੰਗਲ ਪਾਣੀ ਜ਼ਰੂਰੀ ਹੈ, ਕਿਉਂ ਜੀ? ਕਹਿੰਦੇ ਨਹੀਂ ਇੱਦਾਂ, ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ, ਇਹ ਪਹਿਲਾਂ ਕੰਮ ਦੂਜਾ ਫਿਰ ਪੇਟ ਪੂਜਾ, ਹੈ ਨਾ। ਅਤੇ ਹੁਣ ਅਸੀਂ ਆਏ ਹਾਂ ਖੇਤਾਂ 'ਚ ਬਾਈ, ਜਗ੍ਹਾ ਦੇਖ ਘੈਂਟ ਜੀ, ਇੱਥੇ ਕੋਈ ਬੰਦਾ ਦੇਖ ਨਾ ਪਾਵੇ, ਉਹਦੇ ਪਿੱਛਾ 3 ਬੰਦੇ ਬੈਠੇ ਆ, ਉਹਨਾਂ ਦੇਖ। ਮੇਰਾ ਜ਼ੋਰ ਪੈਂਦਾ ਪੂਰਾ ਦੱਬ ਕੇ, ਬਲੈਡਰ ਪਟਨੇ ਵਾਲਾ ਹੋ ਗਿਆ, ਪਹਿਲਾਂ ਤਾਂ ਮੈਨੂੰ ਬਾਥਰੂਮ ਕਰਨਾ ਆ, ਠੀਕ ਹੈ। ਕਿੱਥੇ 'ਚ ਜਾਣਾ ਆਪਾਂ, ਆ ਗੰਨੇ 'ਚ ਬੈਠੀਏ, ਚੱਲ ਸਾਹਮਣਾ ਦਿਖਾ, ਠੀਕ ਹੈ। ਅਤੇ ਮਿਲਦੇ ਹਾਂ ਥੋੜ੍ਹੀ ਦੇਰ ਤੱਕ, ਇੰਨਾ ਮੈਂ ਜਾਇਆ ਵਾਂ। ਹੈਲੋ ਦਾਈਤ, ਮੈਂ ਤੁਮਾਲਾ ਆਪਣਾ ਛੋਤਾ ਪਲਮਿੰਦਰ ਟੀਮ ਥਾ, ਛੋਤਾ ਲਵਲੀ ਤਿਵਾਨਾ ਬਾਲ ਆਇਆ ਤਾ ਤੱਤੀ ਤਰਨੇ, ਚਲੋ ਉੱਥੋਂ ਦੇਖਦੇ ਹਾਂ, ਤਾਪਲ ਤਰਲਾ ਉਹ ਤੱਤੀ ਹੱਥ ਥਾਲੇ। ਉਹ ਤਤਲਾ, ਹਾਂ ਇਹ ਦੇਤ ਬਾਲ ਬਾਲ ਬੋਲ ਮੇਰੀ ਵੀਡੀਓ ਮਤ ਬਣਾਓ, ਮਤ ਬਣਾਓ, ਪਰ ਤੂੰ ਬਣਾ ਲੀ, ਚਲ ਕੋਈ ਬਾਤ ਨੀ, ਹਮ ਤਿਲ ਹਮ ਨਾ ਹਮ ਨਾ ਬਸ ਤਿਲ ਤਲਤੇ ਹੈ, ਕਿਆ ਤਲਤੇ ਹੈ, ਬਸ ਤਿਲ ਕਲਤੇ ਹੈ, ਤਿਲ ਦਸਤ ਤਿਲ ਔਲ, ਠੀਕ ਹੈ ਜੀ, ਬਾਏ ਤਾਤਾ। ਹਾਂਜੀ, ਆਪਣਾ ਦੂਜਾ ਕੰਮ ਤਾਂ ਹੋ ਗਿਆ, ਪੇਟ ਪੂਜਾ ਅਸੀਂ ਕਰਦੇ ਹਾਂ, ਆਲੂ ਦੇ ਪਰੌਂਠੇ ਤਾਰ ਰਹੇ ਨੇ ਆਪਣੀ ਨਾਨੀ ਜੀ, ਪਰੌਂਠੇ ਤਾਰ ਰਹੇ ਆਲੂ ਦੇ, ਅਤੇ ਆਪਣਾ ਵੈਸੇ ਕੋਟ ਦੀ ਲੋੜ ਤਾਂ ਨਹੀਂ ਹੈ, ਪਰ ਧੁੱਪ ਵੀ ਹੈਗੀ ਹੈ ਅਤੇ ਠੰਡ ਵੀ ਹੈਗੀ ਹੈ ਮਾੜੀ ਮੋਟੀ, ਹੈ ਨਾ। ਤਾਂ ਚਲੋ ਕੋਈ ਗੱਲ ਨਹੀਂ, ਬਸ ਗੁਰਤੇਗ ਆਇਆ ਨਹੀਂ ਆਪਣਾ ਅੰਦਰੋਂ, ਸਾਲਾ ਧੁੱਪੋਂ ਡਰਦਾ, ਧੁੱਪ 'ਚ ਨਿਕਲਦਾ ਨਹੀਂ ਨਾ ਬਾਹਰ, ਧੁੱਪੋਂ ਡਰਦਾ, ਆਇਆ ਹੀ ਨੀਗਾ, ਅੰਦਰ ਪਿਆ ਰਜਾਈ 'ਚ, ਅਤੇ ਠੰਡ ਤਾਂ ਹੈਗੀ ਹੈ, ਹੈ ਨਾ, ਪਿੰਡਾਂ 'ਚ ਤਾਂ ਹੁੰਦੀ ਹੈ। ਅਤੇ ਆਪਣਾ ਡੇ ਟੂ ਵਲੋਗ ਸਟਾਰਟ ਹੋ ਚੁੱਕਿਆ, ਅਤੇ ਪੂਰਾ ਸਪੋਰਟ ਕਰਿਓ, ਡੇ 1 ਵਲੋਗ ਤੁਸੀਂ ਦੇਖ ਚੁੱਕੇ ਹੋਵੋਗੇ, ਮੈਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ। ਅਤੇ ਅੱਜ ਅਸੀਂ ਫੋਟੋ ਸ਼ੂਟ ਨਹੀਂ ਕਰਾਂਗੇ, ਅੱਜ ਅਸੀਂ ਘੁੰਮਾਂਗੇ ਸਿਰਫ, ਠੀਕ ਹੈ, ਬਾਕੀ ਤੁਹਾਨੂੰ ਦਿਖਾਉਂਦਾ ਰਹੂੰਗਾ ਮੈਂ। ਹੁਣ ਅਸੀਂ ਥੋੜ੍ਹਾ ਪੇਟ, ਆਓ ਕਦੇ ਮੋਟਰ 'ਤੇ, ਥੋੜ੍ਹਾ ਪੇਟ ਪੇਟ ਪੂਜਾ ਕਰ ਲਈ ਆਪਾਂ ਆਪਣੀ, ਫਿਰ ਮਿਲਦੇ ਹਾਂ, ਚੰਗਾ ਜੀ, ਖੁਸ਼ ਰਹੋ ਜੀ। ਨਾਨੀ ਜੀ ਨੇ ਆਲੂ ਦੇ ਪਰੌਂਠੇ ਤਿਆਰ ਕੀਤੇ, ਨਹਾ ਧੋ ਕੇ ਪੇਟ ਪੂਜਾ ਹੋ ਰਹੀ ਹੈ ਪੂਰੀ, ਮੱਖਣ, ਆਦੇ ਦਾ ਨੂਣ, ਦਹੀਂ, ਆਲੂ ਦੇ ਪਰੌਂਠੇ, ਕਿਆ ਨੇ ਬਾਤਾਂ, ਹੌਲੀ ਹੌਲੀ ਖਾ ਬਾਈ। ਮੇਰੀ ਹਲੇ ਚਾਹ ਨਹੀਂ ਆਈ ਆਪਣੀ, ਚਾਹ ਕਰ ਆਪਣੇ ਪਰੌਂਠੇ ਚੱਲਦੇ ਹੈ, ਅਤੇ ਆਣ ਦਿਉ, ਉਹ ਜਾਵੇ ਚਾਹ ਲੈ ਕੇ ਯਾਰ ਬਾਈ, ਚਾਹ ਲਿਆ ਦਿਉ, ਜਲਦੀ ਲਿਆਓ।
बाकी मिलते हैं। पेट पूजा अपनी होगी डन। हाँ बिंदर फुल है ते अपनी रोटी रोटी सब कुछ खा लिया ते हुण बाहर चलते हैं। बाहर जाके देखते हैं कि माहौल है। क्या मूजा बना रहा? लो जी हुण असीं खेतां च आए हुए सीगे ते मैं थोनू कहा सी कि हुण शूट नहीं करना, घूमना ही है सिर्फ। पर की करिए, शूट फिर करन लग पए आ ते की कर दे हुण, फिर करना ही सीगा। जी कर रहे थे फोटो खिचाउण दा, पोस्ट करनी आ। तुसीं मेरे इंस्टाग्राम ते मेरे इंस्टाग्राम लवली टवाणा ते जरूर चैक करो आ जिहड़ा ब्लॉग है, इस जिहड़ा जिहड़ा भी फोटो शूट है पोस्टां एक दो दिन तक मैं पोस्ट कर दूंगा ते जरूर देखियो। ते हुण आपां फोटो खिच रहे ने, पूरा तैयारी हो रही है। चंगा जी मिलदे आ। लो जी ਆਪਾਂ ਪਹੁੰਚ ਚੁੱਕੇ ਹਾਂ ਰਕਤ ਸਥਾਨ। 8 ਕਿਲੋਮੀਟਰ ਰਹਿ ਗਿਆ ਆਪਣਾ ਇੱਥੇ ਤੋਂ। ਕੀ ਰਹਿ ਗਿਆ ਆਪਣਾ? ਲਾੜਵਾ। ਰਾਮ ਰਾਮ ਤਾਈ, ਆ ਵੀ ਵੇਚਰ ਕੋਈ ਹੋ ਕੇ ਟਰੈਕਟਰ। ਓਹੋ ਕੀ ਬਾਤ ਹੈ, ਟਰੈਕਟਰ ਤਿਆਰ ਕਰਾਇਆ ਆਪਣਾ? ਚੱਲ ਚੱਲ ਬਾਹਰ ਲੈ ਤੇ ਆ ਕਹਿਣ ਲੱਗ ਰਿਹਾ ਨਾ। ਤੇ ਅਸੀਂ ਲਾੜਵਾ ਰਹਿ ਗਿਆ 8 ਕਿਲੋਮੀਟਰ। ਲਾੜਵਾ ਕੌਣ ਦੇਖੋ ਕੌਣ ਸਾ ਅਸੀਂ ਚੱਲੇ ਲਾੜਵਾ। ਆ ਹੈਗਾ ਗੋ ਰਕਤ ਸਥਾਨ। पहुंच चुके हैं लाड़वा पिंड। अपने रिश्तेदारी रिश्तेदारी आए थे आप। भी खुश है? बन गई तेरी फोटो? ओके है। हाँ भाई ओ मेरी तो नहीं खिंची थी, तेरी फोटो खिंची हाँ देखी। हाँ हैगी, दिखा दूंगा हैगी। हाँ, डिलीट हुई भी हैगी, कर दी थी डिलीट। मैं ना मैं एडिट कर देनी ते चेक कर सकते हो। पीछे अपना लाड़वा पिंड है। देखो कितने किलोमीटर आए आपा? 10-13 हाँ। ना 13 किलोमीटर, 13 किलोमीटर दूर आए। फिर असी जाएंगे शाम तक वापस चले जाएंगे उसी पिंड च। की पिंड का नाम सी? बीड माजरा। सवेरे आलू के परौंठे खाए, दोबारा फिर रोटी खाने लग गया। तू खाऊंगा फिर? खाओ खाओ। लो भी बढ़िया रोटी परोस कर दी है। मेजर डाइट चल रही है तेरी? खीरे वाली डाइट चल रही पूरी है? दस चलो बहुत बढ़िया। हाँ हाँ मुझे डाइट खा अपनी चक। चल क्या बात है, क्या नहीं बात। अपनी पेट पूजा पूरी हो गई है। डे वन का ब्लॉग हो गया अपना डन। इस टाइम असी बैठे हैं, कितने बैठे हैं? खानपुर। हाँ खानपुर बैठे हैं असी। बहुत अगे आ जाता चंडीगढ़ तो। ते अपना खाना पीना आस हो गया बंदा, ठीक है। हाँ विंदर आ भाई अपना क्या क्या लेके आया भाई? पानी मतलब दूध लेके आया। चल उठते दूध ही लेऊंगा। चल चल कोई चक्कर नहीं, ले आइए मेरे दो रवि एक दूध का गिलास ले आइए। ठीक है ते चंगा जी मिलते हैं अगले ब्लॉग च। लाइक कमेंट शेयर दब के करया करो, बाकी प्यार दिया करो यार। यार तेते ते ले लेना तू, अपनी सकलता दिखा दे एक बार। सो गया यार मैं। सो गया ठीक है। चल नींद बोल ला अगला। चल ठीक है मैं तेरे बाय कह दे फिर। बाय भाई। तू भी बाय कह दे। चंगा भाई तू भी बाय कह दे फिर। बाय। चल ठीक ठीक है, अगले ब्लॉग च मिलते हैं। लाइक कमेंट शेयर सब्सक्राइब दब के। चंगा जी अगली खिच के रखो।